सो सिख सखा बंदप है भाई, जे गुर के भाणे विच आवे अपने भाणे जो चले भाई, विछड़ चोटा खावे। ते सतगुर दे चरणा विच असी हमेशा ए अरदास करिया करिए, सतगुरु सानू तुहाडी पछाण आ जाए, साडी सिदक साडा सिदक साडी श्रद्धा बन जाए। क्योंकि अपने जीवन विच बच्चा जदों हुण असी जीव जन्म लैंदा छोटा जिहा हुंदा, सब तो पहला मां की पछाण आउंदी आ, फिर पिता की पछाण आउंदी आ, और फिर भैणां भरावां की पछाण आउंदी आ, फिर रिश्तेदारां की पछाण आउंदी आ, पिंड वालियां की पछाण आउंदी आ। जीवन विच पता नहीं किन्ने क लोकां नूं असी पछाणन लग जाने आ, सारा जीवन लंघ जांदा, लखां लोक हजारां लोक सानूं मिलदे आ, बड़ियां नूं असी अपने जीवन विच पछाण लैंदे आ, पर कोई विरला ही है जेड़ा ये मनुखा शरीर मिले ते गुरु ग्रंथ साहिब महाराज नूं पछाण लवे। बहुते लोकां ने कागज ते अखर ही समझदे रहना, सतगुरु दी पछाण जिन्हां नूं आ गई उन्हां नूं फिर कागज ते अखर ना दिसे, उन्हां नूं गुरु नानक साहिब नजर आउंदे ने। ਉਹਨਾਂ ਨੂੰ ਫਿਰ ਦਸੇ ਪਾਤਸ਼ਾਹੀਆਂ ਨਜ਼ਰ ਆਉਂਦੀਆਂ ਨੇ। ਹਮੇਸ਼ਾ ਸਤਿਗੁਰ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੀਆਂ ਗਿਆਨ ਦੀਆਂ ਅੱਖਾਂ ਖੋਲੋ। ਉਦਾਂ ਤੇ ਆਹ ਅੱਖਾਂ ਸਾਡੀਆਂ ਚੰਮਦੀਆਂ ਤੇ ਖੁੱਲੀਆਂ ਹੀ ਨੇ, ਪਰ ਉਹ ਅੱਖਾਂ ਨਾਨਕ ਸੇ ਅੱਖਣੀਆਂ ਵਿਅਨ, ਜਿੰਨੀ ਦਸੰਦੋ ਮਾਂ ਪਿਰੀ। ਉਹ ਅੱਖਾਂ ਜਿਨ੍ਹਾਂ ਅੱਖਾਂ ਨਾਲ ਵਾਹਿਗੁਰੂ ਪਰਮੇਸ਼ੁਰ ਦੇ ਦਰਸ਼ਨ ਹੁੰਦੇ ਨੇ, ਜਿਨ੍ਹਾਂ ਅੱਖਾਂ ਦੇ ਨਾਲ ਉਹ ਘਟਾਂ ਘਟਾਂ ਵਿੱਚ ਵਸਿਆ ਨਜ਼ਰ ਆਉਂਦਾ, ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਮਿਹਰ ਕਰੋ। ਕਿਉਂਕਿ ਗੁਰਮੁਖੋ, ਜਿਵੇਂ ਭਾਈ ਕੰਠੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਆਖਿਆ ਸੀ, ਕਹਿੰਦਾ ਮਹਾਰਾਜ ਮੇਰੀਆਂ ਅੱਖਾਂ ਨਹੀਂ ਨੇਤਰਹੀਨ ਸੀ, ਤੁਸੀਂ ਇਤਿਹਾਸ ਸੁਣਿਆ ਹੋਏਗਾ, ਅੱਖਾਂ ਤੋਂ ਨਜ਼ਰ ਨਹੀਂ ਸੀ ਆਉਂਦਾ। ਤੇ ਗੁਰੂ ਹਰਗੋਬਿੰਦ ਸਾਹਿਬ ਉਹਦੀ ਛੱਪਰੀ ਵਿੱਚ ਗਏ, ਬਹੁਤ ਚਿਰ ਹੋ ਗਿਆ ਸੀ ਅਰਦਾਸਾਂ ਕਰਦੇ ਨੂੰ, ਤੇ ਮਹਾਰਾਜ ਜਦੋਂ ਗਏ ਤੇ ਆਖਣ ਲੱਗੇ ਕੰਠਿਆ ਮੰਗ ਕੁਝ। ਆਖਣ ਲੱਗਾ ਸਤਿਗੁਰੂ ਅੱਜ ਤੱਕ ਮੈਂ ਦੁਨੀਆਂ ਨੂੰ ਵੇਖਣ ਦੀ ਇੱਛਾ ਨਹੀਂ ਸੀ ਮੇਰੀ, ਹੁਣ ਤੇ ਲੰਘ ਗਿਆ ਬੜਾ ਸਮਾਂ, ਤੇ ਅੱਜ ਮੇਰਾ ਜੀ ਕਰਦਾ ਵੀ ਰੱਬ ਜੇ ਦੁਨੀਆਂ ਤੇ ਆਇਆ ਤੇ ਮੇਰੀਆਂ ਵੀ ਅੱਖਾਂ ਹੁੰਦੀਆਂ ਮੈਂ ਦਰਸ਼ਨ ਕਰ ਲੈਂਦਾ, ਮਿਹਰ ਕਰੋ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਵੇਖਣਾ ਚਾਹੁੰਦਾ, ਕਹਿੰਦਾ ਹਾਂ ਮਹਾਰਾਜ ਤੁਹਾਡੇ ਦਰਸ਼ਨ ਕਰਦੇ ਨੇ। ਦੋਵੇਂ ਹੱਥ ਅੱਖਾਂ ਤੇ ਰੱਖੇ, ਆਖ ਵਾਹਿਗੁਰੂ, ਉਹਨੇ ਵਾਹਿਗੁਰੂ ਆਖਿਆ, ਫਿਰ ਆਖਿਆ ਆਖ ਵਾਹਿਗੁਰੂ, ਉਹਨੇ ਫਿਰ ਵਾਹਿਗੁਰੂ ਆਖਿਆ, ਪੰਜ ਵਾਰੀ ਜਾਪ ਕਰਾ ਕੇ ਅੱਖਾਂ ਤੋਂ ਹੱਥ ਚੁੱਕਿਆ ਤੇ ਦਿਸਣ ਲੱਗ ਪਿਆ। ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋ ਗਏ ਤੇ ਸਤਿਗੁਰਾਂ ਦੇ ਦਰਸ਼ਨ ਕਰਦਾ ਰਿਹਾ, ਟਿਕਟਕੀ ਲਾ ਲਈ, ਇੱਕ ਵੇਖਦਾ ਰਿਹਾ ਇੱਕ ਟੱਕ। ਮਾਰ ਬਾਅਦ ਵਿੱਚ ਸਤਿਗੁਰੂ ਕਹਿੰਦੇ ਨੇ ਕੰਠਿਆ ਕੁਝ ਹੋਰ ਵੀ ਮੰਗਣਾ ਹੈ? ਕਹਿੰਦਾ ਮਹਾਰਾਜ ਇੱਕੋ ਹੀ ਮੰਗ ਹੈ। ਕਹਿੰਦੇ ਕੀ? ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਫੇਰ ਬਣਾ ਦਿਓ। ਮਹਾਰਾਜ ਕਹਿਣ ਲੱਗੇ ਬਈ ਅੱਖਾਂ ਤੇ ਦੁਨੀਆਂ ਮੰਗਦੀ ਹੈ, ਤੂੰ ਆਨਾ ਮੈਨੂੰ ਪਹਿਲਾਂ ਵਰਗਾ ਹੀ ਬਣਾ ਦਿਓ। ਭਾਈ ਕੰਠੇ ਨੇ ਆਖਿਆ ਸਤਿਗੁਰੂ ਅੱਜ ਤੱਕ ਮੈਂ ਦੁਨੀਆਂ ਨੂੰ ਵੇਖਿਆ ਨਹੀਂ, ਕੀ ਪਤਾ ਤੁਹਾਡੀ ਬਣਾਈ ਹੋਈ ਦੁਨੀਆਂ ਕਿਹੋ ਜਿਹੀ ਹੈ, ਮਾਇਆ ਕਿਤੇ ਐਸੀ ਨਾ ਵਰਤਾ ਦਿਓ ਕਿ ਤੁਹਾਡਾ ਚਿਹਰਾ ਹੀ ਮੈਨੂੰ ਭੁੱਲ ਜਾਏ, ਮੈਂ ਦੁਨੀਆਂ ਦੇ ਲੋਕਾਂ ਦੇ ਮਗਰ ਤੁਰ ਪਵਾਂ, ਮੋਹ ਵਿੱਚ ਫਸ ਜਾਵਾਂ। ਤੇ ਸੱਚੇ ਪਾਤਸ਼ਾਹ ਬਸ ਆਹ ਤੁਹਾਨੂੰ ਇੱਕ ਵਾਰੀ ਵੇਖ ਲਿਆ, ਇਸੇ ਮੂਰਤ ਨੂੰ ਮੈਂ ਆਪਣੇ ਹਿਰਦੇ ਵਿੱਚ ਵਸਾ ਲਵਾਂਗਾ, ਦੁਨੀਆਂ ਨੂੰ ਮੈਂ ਵੇਖਣਾ ਹੀ ਨਹੀਂ ਚਾਹੁੰਦਾ। ਆਖੋ ਸਤਨਾਮ। ਮਹਾਰਾਜ ਆਖਣ ਲੱਗੇ ਕੰਠਿਆ ਪੰਜ ਵਾਰੀ ਵਾਹਿਗੁਰੂ ਕਹਾ ਕੇ ਤੈਨੂੰ ਗਿਆਨ ਦੇ ਨੇਤਰ ਬਖਸ਼ ਦਿੱਤੇ ਨੇ, ਇਹ ਸੰਸਾਰ ਇਹ ਤੈਨੂੰ ਮੋਹ ਵਿੱਚ ਫਸਾ ਨਹੀਂ ਸਕਦਾ, ਤੂੰ ਇਹ ਸੰਸਾਰ ਮਗਰ ਨਹੀਂ ਪਵੇਂਗਾ। ਤੂੰ ਹੁਣ ਦਰਸ਼ਨ ਕਰ ਲਏ ਨੇ, ਤੇਰੇ ਅੰਦਰ ਭਾਵਨਾ ਬਣ ਗਈ ਆ, ਸ਼ਰਧਾ ਬਣ ਗਈ ਆ, ਬਸ ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ, ਤੈਨੂੰ ਘਟਾਂ ਘਟਾਂ ਵਿੱਚ ਵਾਹਿਗੁਰੂ ਪਰਮੇਸ਼ਰ ਨਜ਼ਰ ਆਵੇਗਾ। ਸਤਸੰਗਤ ਜੀ, ਭਾਈ ਕੰਠਾ ਨੇਤਰਹੀਨ ਸੀ, ਉਹ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਤੁਹਾਡੇ ਦਰਸ਼ਨ ਹੋਣ, ਕਿਵੇਂ ਕਰਨਾ, ਅਸੀਂ ਅੱਖਾਂ ਵਾਲੇ ਆ ਭਾਵੇਂ, ਪਰ ਸਾਨੂੰ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਅਸਲੀ ਨਹੀਂ ਹੋਏ, ਅਸੀਂ ਕੇਵਲ ਰੁਮਾਲੇ ਤੇ ਅੱਖਰ ਵੇਖ ਕੇ ਪਿੱਛੇ ਮੁੜ ਜਾਂਦੇ ਹਾਂ। ਜਿੱਦਣ ਇਹ ਭਾਵਨਾ ਬਣੇਗੀ ਕਿ ਦਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਨੇ, ਜਿੱਦਣ ਇਹ ਭਾਵਨਾ ਬਣੇਗੀ ਕਿ ਹੱਥ ਵਿੱਚ ਫੜਿਆ ਜੋੜਾ ਇਹ ਕਿਸੇ ਭੈਣ ਦਾ ਨਹੀਂ, ਆ ਹੱਥ ਵਿੱਚ ਫੜਿਆ ਜੋੜਾ ਇਹ ਕਿਸੇ ਆਦਮੀ ਦਾ ਨਹੀਂ,
ਇਹ ਜੋੜਾ ਗੁਰੂ ਨਾਨਕ ਸਾਹਿਬ ਦਾ ਹੀ ਆ। ਸੇਵਾ ਜੋੜਿਆਂ ਦੀ ਕਰਨ ਲੱਗਿਆਂ ਜਦੋਂ ਇੰਨੀ ਭਾਵਨਾ ਬਣੇਗੀ ਬਖਸ਼ਿਸ਼ ਫੇਰ ਆਉਣੀ ਆ। ਲੰਗਰ ਵਰਤਾਉਣ ਲੱਗਿਆ ਪੰਗਤ ਵੱਡੀ ਸਾਰੀ ਲੱਗੀ ਹੋਵੇ, ਇੰਨੀ ਭਾਵਨਾ ਬਣੇ ਕਿ ਇਹ ਜਿਹੜੀ ਪੰਗਤ ਬੈਠੀ ਆ ਨਾ ਇਹਦੇ ਵਿੱਚ ਦਸੇ ਪਾਤਸ਼ਾਹੀਆਂ ਆਈਆਂ ਬੈਠੀਆਂ ਨੇ। ਜਿੰਨਾ ਚਿਰ ਇਹ ਭਾਵਨਾ ਨਹੀਂ ਬਣਦੀ, ਹਰੇਕ ਵਿੱਚ ਸਤਿਗੁਰਾਂ ਨੂੰ ਨਹੀਂ ਵੇਖਦੇ, ਉਹਨਾਂ ਚਿਰ ਗੱਲ ਨਹੀਂ ਬਣੇਗੀ। ਉਹ ਤੇ ਫਿਰ ਜਦੋਂ ਗਿਆਨ ਦੇ ਨੇਤਰ ਮਿਲ ਗਏ ਫਿਰ ਨਾਨਕ ਸੇ ਅੱਖੜੀਆਂ ਵਿਅਨ ਉਹ ਘਟਾਂ ਘਟਾਂ ਵਿੱਚ ਨਜ਼ਰ ਆਉਣ ਲੱਗ ਪੈਂਦਾ। ਸੋ ਅਸੀਂ ਸਾਰੇ ਰਲ ਕੇ ਅਰਦਾਸ ਕਰੀਏ ਸੱਜੇ ਪਾਤਸ਼ਾਹ ਕਿਤੇ ਏਦਾਂ ਹੀ ਨਾ ਚਲੇ ਜਾਈਏ ਸੰਸਾਰ ਵਿੱਚੋਂ, ਕਿਰਪਾ ਕਰ ਦਿਓ। ਜਿਵੇਂ ਭਾਈ ਕੰਠੇ ਨੇ ਆਖਿਆ ਸਤਿਗੁਰੂ ਤੇਰੇ ਰਾਜ ਰਾਜ ਦਰਸ਼ਨ ਪਾਵਾ ਇੱਕ ਵਾਰੀ ਖੋਲ ਰੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾ ਇੱਕ ਵਾਰੀ ਖੋਲ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾ ਇੱਕ ਵਾਰੀ ਖੋਲ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾ ਇੱਕ ਵਾਰੀ ਖੋਲ ਬੋਲੋ ਭੈਣੋ। ਸਾਰੀਆਂ ਭੈਣਾਂ ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵੱਸਦਾ, ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵੱਸਦਾ, ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵੱਸਦਾ, ਉਹ ਕੋਈ ਤਾਂ ਕਹਿੰਦਾ ਪਿਆਰਾ ਅਸਲੀ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ, ਅਸਲੀ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ, ਅਸਲੀ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ, ਅਸਲੀ ਅਸਲੀ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ, ਅਸਲੀ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ, ਕੀ ਕਰਾਂ ਤੇ ਕਿੱਧਰ ਨੂੰ ਜਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਜ ਰੱਜ ਦਰਸ਼ਨ ਅੱਖੀਆਂ ਤੇਰੇ ਇੱਕ ਵਾਰੀ ਖੋਲ ਅੱਖੀਆਂ ਸਾਧ ਸੰਗਤ ਜੀ। ਉਸ ਗੁਰੂ ਦੇ ਪਿਆਰੇ ਨੇ ਛੇਵੇਂ ਪਾਤਸ਼ਾਹ ਨੂੰ ਆਖਿਆ ਮਹਾਰਾਜ ਅੱਖਾਂ ਮੈਨੂੰ ਨਹੀਂ ਮਿਲੀਆਂ, ਮੇਰਾ ਜੀ ਕਰਦਾ ਮੈਂ ਤੁਹਾਡੇ ਦਰਸ਼ਨ ਕਰਾਂ। ਉਹਨੂੰ ਨੇਤਰ ਮਿਲ ਗਏ ਸਨ। ਅਸੀਂ ਵੀ ਜੇ ਸਤਿਗੁਰ ਦੀਆਂ ਚਰਨਾਂ ਵਿੱਚ ਬੇਨਤੀ ਕਰਦੇ ਰਹਾਂਗੇ ਕਦੇ ਨਾ ਕਦੇ ਸਾਡੇ ਤੇ ਵੀ ਕਿਰਪਾ ਹੋ ਜਾਏ, ਜਿਵੇਂ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਆ। ਸਾਡੀ ਵੀ ਕਿਸੇ ਦਿਨ ਇਹ ਭਾਵਨਾ ਬਣ ਜਾਵੇ, ਸਾਡੇ ਤੇ ਵੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦੇਣ।
जदों साध संगत श्रद्धा बन गई, भावना बन गई, फिर सब कुछ ही है। फिर धन्ने ने भगत धन्ना जी ने पत्थर विचों प्रगट कर लिया, नहीं पत्थर नहीं, धन्ना जी की श्रद्धा चो प्रगट होया।